ਅਜ਼ੀਮ ਇਜਤਮਾ ਹੈ, ਜਿੰਦਾ ਖਾਈਏ ਉਹਦਾ ਗਾਈਏ, ਹੱਥ ਬੁਲੰਦ ਹੋਵੇ ਬੋਲੋ ਹੈਦਰੀ ਹੁਸੈਨੀਅਤ। ਜਿਸ ਬੰਦੇ ਦਾ ਮੋਹਸਨ ਹੁਸੈਨ ਹੈ ਉਹ ਵਾਜਿਬ ਸਮਝ ਕੇ ਬੋਲੇ ਹੁਸੈਨੀਅਤ। ਸਾਰੇ ਸ਼ਾਮਿਲ ਹੋਵੋ ਬੋਲੋ ਹੁਸੈਨੀਅਤ, ਯਜ਼ੀਦੀਅਤ, ਆਲੇ ਮੁਹੰਮਦ ਦੇ ਦੁਸ਼ਮਨ ਤੇ ਲਾਨਤ, ਸੈਯਦ ਸ਼ਹਦਾ ਦੇ ਕਾਤਲਾਂ ਤੇ ਲਾਨਤ, ਕੁਨਫਜ਼ ਮਲਾਉਨ ਤੇ ਲਾਨਤ, ਦਰਬਾਰੇ ਸੈਯਦਾ ਜਿਤਨੇ ਸਾਦਾ ਤੋਂ ਮੁਮਿਨੀਨ ਮੌਜੂਦ ਹੋ, ਇੱਕ ਸਲਵਾਤ ਇਤਨੀ ਬੁਲੰਦ ਪੜੋ ਦੁਆਵਾਂ ਮੁਸਤਜਾਬ ਹੋ ਜਾਵਾਂ। ਇੱਕੋ ਨਾ ਬੜਾਓ, ਮਾਇਕ ਆਵਾਜ਼ ਬੜਾਓ। ਦੁਆ ਹੈ ਮਾਲਿਕ ਅੱਲਾਹ ਤੁਹਾਡੀ ਸਾਡੀ ਡਿਊਟੀ ਨੌਕਰੀ ਕਬੂਲ ਔਰ ਮਨਜ਼ੂਰ ਫਰਮਾਵੇ। ਬਾਨੀਆਂ ਨੇ ਮਜਲਿਸ ਸਾਦਾਤ ਉਜ਼ਾਮ ਦੀ ਸਾਈਓ ਮਿਹਨਤ ਕੌਨੈਨ ਦੀ ਮਲਕਾ ਆਪਣੇ ਦਰਬਾਰ 'ਚ ਕਬੂਲ ਔਰ ਮਨਜ਼ੂਰ ਫਰਮਾਓ। ਸ਼ਾਮ ਹੋਣ ਵਾਲੀ ਹੈ, ਬਹੁਤ ਬੜੀ ਦੁਆ, ਬਹੁਤ ਬੜੀ ਆਮੀਨ। ਅੱਲਾਹ ਮੁਹੰਮਦ ਮੁਸਤਫਾ ਦੀ ਧੀ ਦਾ ਰੋਜ਼ਾ ਸੋਹਣਾ ਬਣੇ, ਭਲਾ ਹੋਵੇ ਜਿਸ ਇਸ ਦੁਆ ਦੇ ਬਾਅਦ ਆਮੀਨ ਆਖੀ। ਬੇਨਿਆਜ਼ ਅੱਲਾਹ ਸ਼ੀਆ ਕੌਮ ਨੂੰ ਸਲੂਕ ਔਰ ਇਤਫਾਕ ਦੀ ਬਰਕਤ ਇਨਾਇਤ ਫਰਮਾ। ਅੱਲਾਹ ਮੇਰਾ ਅਲੀ ਉਨ ਵਲੀ ਉੱਲਾਹ ਪੜਨ ਵਾਲਿਆਂ ਦੀ ਮੁਹਾਫਸਤ ਫਰਮਾ। ਲੱਖਾਂ ਕਰੋੜਾਂ ਦੁਆਵਾਂ ਦੀ ਇੱਕੋ ਦੁਆ, ਇੱਕੋ ਇਲਤਜਾ, ਹਰ ਦਿਲ ਦੀ ਸਦਾ, ਬਾਨੀਏ ਫਰਸ਼ੇ ਅਜ਼ਾ, ਵਾਰਿਸ ਖੂਨ ਹੁਸੈਨ, ਸ਼ਹਿਨਸ਼ਾਹ ਮੁਅੱਜ਼ਮ ਬਰਕਤੁੱਲਾਹ ਅਲਾਜ਼ਮ ਹੁਜਤ ਦੌਰਾਂ, ਅੱਲਾ ਵਲੀ ਉਲ ਅਸਰ ਦੇ ਜ਼ਹੂਰ ਚ ਤਾਜੀਲ ਫਰਮਾ। ਕਰਬਲਾ ਤੇਰੀ ਜ਼ਮੀਨ ਪਰ ਹੈ 72 ਕਾਬੇ, ਸਾਊਂਡ ਪਹਿਲੇ ਠੀਕ ਆਈ, ਹੁਣ ਉਹ ਜਿਹੜੀ ਹੈ ਨਾ ਇੱਕੋ ਥੋੜ੍ਹੀ ਥੋੜ੍ਹੀ ਕੰਮ ਕਰੋ ਇੱਕੋ, ਔਰ ਮਾਇਕ ਕਾ ਆਵਾਜ਼ ਬੜਾਓ। ਲਓ ਜੀ ਥਕੇੜਾ ਲੈ ਜਾਏ ਇੱਕੋ ਲਫ਼ਜ਼ 'ਚ, ਅੱਲਾ ਦੇ ਜਹਾਨ 'ਚ ਹੁਸੈਨ ਉਹ ਕਰੀਮ ਹੈ ਜਿਸ ਨੂੰ ਗਰੀਬ ਨਿਵਾਜ਼ ਆਖਿਆ ਗਿਆ, ਯਾਨੀ ਗਰੀਬਾਂ ਦੇ ਆਸਰੇ ਨੂੰ ਹੁਸੈਨ ਆਦੇ। ਸਿਰ ਨਾ ਹਿਲਾਓ, ਗਰਮੀ ਦਾ ਮੌਸਮ ਔਰ ਗਰਮੀ ਕਮ ਹੋ ਗਈ, ਔਰ ਵੈਸੇ ਵੀ ਇਹ ਦੁਨੀਆ ਦੀ ਗਰਮੀ ਸਾਨੂੰ ਕੀ ਆਦੀ ਹੈ, ਅਸੀਂ ਜ਼ਿਕਰ ਅਲੀ ਦੀ ਠੰਡਕ ਮਹਿਸੂਸ ਕਰਨ ਵਾਲੇ ਲੋਕ ਹਾਂ। ਲਓ ਜੀ ਪੜ੍ਹਨਾ ਤੇ ਬਿਲਕੁਲ ਥੋੜ੍ਹਾ ਜਿਹਾ ਹੀ ਹੈ, ਮੇਰੇ ਬਾਅਦ ਬਹੁਤ ਅੱਛੇ ਮੌਲਾ ਦੇ ਮੱਦਾ ਮੌਜੂਦ ਹਨ, ਉਤਨਾ ਬੋਲਣਾ ਜਿਤਨਾ ਤੁਹਾਡਾ ਦਿਲ ਬੋਲੇ। ਸ਼ੇਰ ਸ਼ਨਾਸ ਬੰਦੇ ਵਾਸਤੇ ਬਾਦਸ਼ਾਹ ਮਾਲਕ ਤੁਹਾਡਾ ਸਾਹਿਬ ਸਲਾਮਤ ਰੱਖੇ, ਅਜ਼ੀਮ ਅਜ਼ਾਦਾਰ ਵੀ ਹੋ, ਸਹੀ ਸਰਦਾਰ ਵੀ ਹੋ, ਅਸੀਂ ਤੁਹਾਡੀ ਰਿਆਇਆ, ਤੁਹਾਡੇ ਨੌਕਰ ਹਾਂ। ਇਸ ਲਫ਼ਜ਼ ਦੀ ਕੀਮਤ ਲੈ ਦਿਓ, ਮੇਰੇ ਆਵਣ ਦਾ ਮਕਸਦ ਪੂਰਾ। ਕਰਬਲਾ ਤੇਰੀ ਜ਼ਮੀਨ ਪਰ ਹੈ 72 ਕਾਬੇ, ਜ਼ਰੂਰੀ ਨਹੀਂ ਜ਼ਾਕਰ ਘੰਟੇ ਪੜੇ ਤੇ ਫਿਰ ਮਜਲਿਸ, ਇਹ ਹੁਣੇ ਫੈਸਲਾ ਕਰਨਾ ਹੈ ਬਈ ਮੈਂ ਅੱਗੋਂ ਕਿਹੜਾ ਰਸਤਾ ਇਖਤਿਆਰ ਕਰਾਂ। ਕਰਬਲਾ ਆਓ ਆਖਰੀ ਅਜ਼ਾਦਾਰ ਤੱਕ ਤਵੱਜੋ, ਇਸ ਲਫ਼ਜ਼ ਨੂੰ ਜ਼ਰਾ, ਇਸ ਸਤਰ ਨੂੰ, ਇਸ ਸ਼ੇਰ ਨੂੰ ਮਹਿਸੂਸ ਕਰਨਾ। ਕਰਬਲਾ ਤੇਰੀ ਜ਼ਮੀਨ ਪਰ ਹੈ 72 ਕਾਬੇ, ਅਕਲ ਹੈਰਾਂ ਹੈ ਕਿ ਕਿਸ ਸਮਤ ਮੁਸੱਲਾ ਰੱਖੂ, ਕਿਆ ਬਾਤ ਹੈ ਭਾਈ, ਕਿਆ ਬਾਤ ਹੈ ਭਾਈ, ਇਹਨਾਂ ਨੌਜਵਾਨਾਂ ਦੇ ਕਿਆ ਕਹਿੰਦੇ, ਹੱਥ ਉੱਚਾ ਚਾਹੋ ਹੁਸੈਨ ਦਾ ਸਲਾਮ ਕਰੋ ਹੈਦਰੀ। ਸੁਭਾਨ ਅੱਲਾ, ਸੁਭਾਨ ਅੱਲਾ, ਮੈਂ ਕਾਇਨਾਤ ਕੁਰਬਾਨ ਕਰਾਂ। ਕਰਬਲਾ ਤੇਰੀ ਜ਼ਮੀਨ ਪਰ ਹੈ 72 ਕਾਬੇ, ਅਕਲ ਹੈਰਾਂ ਹੈ। ਲਓ ਜੀ ਸਾਥ ਦਿਵੇ, ਮੈਂ ਥੋੜ੍ਹੇ ਮੁਨਾਸਬ ਟਾਈਮ ਵਿੱਚ ਮੁਕੰਮਲ ਨੌਕਰੀ ਕਰਨਾ ਚਾਹੁੰਦਾ, ਅਕਲ ਹੈਰਾਂ ਹੈ। ਮੈਂ ਆਖਿਆ ਹੁਸੈਨ ਗਰੀਬ ਨਿਵਾਜ਼ ਹੈ, ਗਰੀਬਾਂ ਦੇ ਆਸਰੇ ਨੂੰ ਹੁਸੈਨ ਆਦਿ,
اچھا جی گل اکل تسا دہرا دیتی ہے تو پھر میں ایک لفظ دا اضافہ کر دینا، باشعور اور معرفت والا بندہ سر چاہے علمہ دے درمیان کھڑا، کدی بھی کمزور بات ممبر تے کرن دا میں عادی نہیں، اتنا بولی جتنا تیرا دل بولے، بندے معصوم تے سوال کیتا مولا گناہ کیا ہے، گناہ کیا ہے، سمجھ نہ آوے تے میں داد منگن دا حقدار ہی نہیں، مولا گناہ کیا ہے، ایسے تے میری مجلس مکمل ہے، اگو تھوڑا جہ پڑھنا تیرے کولو دعا دی خاطر، سرکار دی دعا تو میں مستفید ہو جاواں، آمن دا مقصد پورا ہو جاواں، مولا گناہ کیا ہے، اے علما تے میرا ہاتھ لکھوانا فیصل آباد گرد و نواد مجمع، ایسے تے کوزے سمندر بند کر کے میں تیری جھولی چ رکھن لگا، بندے پوچھیا مولا گناہ کیا ہے، معصوم بڑا مسکرائے اور مسکرا کے میرے مالک فرمایا یاد رکھنا، عقل کے ہوتے ہوئے ہم 14 کی معرفت کا نہ ہونا ہی گناہ ہے، شاباش نہ نوجوان تو کیا کہنے، کیا بات ہے بھائی، مل کے بولو علی لال کلندر، سبحان اللہ، نوکری ہے بھائی، مہربانی، اے داری، اے بندے تسی اے وچلے داد دے رہے ہو، نعرے دا جواب نہیں دے رہے، گل سنو، ماحول سونا ہے مجلس دا، علی تے احسان کر کے علی نو نہ مننی، یہ نعرے دا جواب دینا تیرا فائدہ ہے، تیری نسل دا فائدہ ہے، ختم قرآن دا ثواب ہے بادشاہ علی دا نام چاہوے، کنجوسی نال نہیں، مجلس نعرے تو بغیر میں پڑھ دینا، تسی نعرے تو بغیر سنو کچھ بھی نہیں ہوندا، اور بابا جی میں چونکہ ایک سبق ہوندا ہے، ایک اولاد دی پرورش ہوندی ہے، میرے استاد میرے ماں باپ نے ساری پرورش ہی ایسی کیتی، پھر اگو تھوڑی کچاری چسی رہے ہاں، تھوڑی نوکری چ رہے ہاں، مینو فخر محسوس ہوندا ہے، بندے توہین محسوس کر دین، وہ اپنی غریبی دا دور یاد رکھنا، اس عروج نو زوال نہیں جڑا بندہ اپنا ماضی نہ بھولے، عروج، شاباش میرا بیٹا حیدری، شور و شادی، عروج اس نو زوال ہے جڑا بندہ اگو اکھڑ جاوے، جڑا بندہ اگو پھٹ جاوے، بندہ بھٹک جاوے، آکڑ جاوے، ناراض تو نہیں ہو گئے، یہ گل میری بھی ہے تے تھوڑا بھی عقیدہ یہی ہی ہونا چاہیے، غریباں دے آسرے نو حسین عادل، 9 سال پہلے بابا جی میرا کرائے دا گھر آئی، لیکن جدو حسین لجپالی فرمائی اج حساب ہی کوئی نہیں، اس واسطے اگر کوئی اہل سنت بھائی بیٹھے تے آؤ دسیے سارے شیعہ رل کے حسین کریم ابن کریم ہے، تے حسین دی کریمی دی چکے حد نہیں، اپنی اوکھی دعا ذہن وچ رکھ تے میں علی و بطول دے بیٹے حسین دی کریمی دساں، کیڈا کریم ہے حسین، سویا ہوا ہر ایک نصیبہ جگا دیا، تشنہ لبی میں خیر کا دریا بہا دیا، پل میں گداگروں کو تونگر بنا دیا، اور اب بھی یہ پوچھتے ہو کہ سرور نے کیا دیا، نہیں آیا وہ بندہ مجلس وچ جیڑا حسین دی کریمی علی بات تے تائید بولے نہیں، کیڈا کریم ہے حسین، آتن میں دساں، عزت بھکاریوں کی بڑھا دی حسین نے، عادت ہی مانگنے کی چھوڑا دی حسین نے، منگو منگو علی دے پتر کلو، منگو حیدری، سبحان اللہ، جی عزت بھکاریوں کی، او میں کائنات قربان کرا، عزت بھکاریوں کی بڑھا دی حسین نے، عادت ہی مانگنے کی، گل سنو، میں وقت بچا رہا ہوں، علی زندگی دراز ہوئے، یہ میرے بادشاہاں دا یہ بوٹا ہے، پھلدا رہے، یہ ازداری تھوڑا نصیب ہوئے، شور شاہ جی آج دا ٹائم نہیں، صبح دی مجلس شروع ہے، بڑے نایاب ذاکر پڑ گئے، میں تو سارے دا جوڑے بردار ہاں، بزم ذاکر اچ بہت چھوٹا جا ذاکر ہاں، لیکن ایک شعر پڑھن لگا، اس بندے واسطے جیڑا شعر دے رموز جاندا ہے،
کوئی کیا مقابلہ کرے حسین دے عزادارہ نال؟ اس قوم نال کوئی کی آڈا لا سکتا ہے جس قوم دی خوشی بھی آل محمد نال، جس قوم دا غم بھی آل محمد نال؟ اے سر نہ ہلاوی، میرا چکے ایک اپنا مزاج ہے، میرا ایک اپنا روٹ ہے زاکری دے حوالے نال، میری لفظاں دی زاکری ہے، تن نہ مینا دے کے داد لئی تے او کی داد ہے؟ علی دے دشمن نو میں چار گاڑا ممبر تے کھلو کے کڈا، تسی کھلو کے داد دیو بلے بلے بلے، باہر نکل کے پیر جعفر شاہ اوراں نو یا پیر زوار شاہ اوراں نو آکھو علی عمران بڑی مجلس پڑھی ہے، اینا گلاں دی داد دیو تو پھر داد دینا۔ آ میں شیر پڑھا، کل بہ کے سوچی علی عمران کیڈی وڈی سطر پڑھی ہے، کوئی کی مقابلہ کرے حسین دے عزادارہ نال؟ بابا جی پھر میں ملک دے ہر ممبر تے پڑھے ہے، حرم کا کرب و بلا سے مقابلہ کیسا؟ یہاں خلاف نہیں سر چڑھائے جاتے ہیں۔ اللہ کرے ہاتھ شیعہ دا نہ ہوئے جڑا نہیں اٹھیا۔ کیا بات ہے، سارے مل کے بولو حیدری، جی اے معیار شیعت دا، اے معیار میری قوم دے جواناں دا، یہاں خلاف نہیں۔ قصیدہ پڑھیے بادشاہ حسین دی، دین خالق کے مقدر کو جگانے نکلا، 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 دین خالق کے مقدر کو جگانے نکلا۔ آج شبیر تو اللہ کو بچانے نکلا۔ جیون بھائی تھوڑے اے ہاتھ محتاج نہ ہوئے، ہاتھ بلند کر کے تائید کرو حیدری، آباد رہو آباد رہو۔ بہت مہربانی بھائی، تیرے ذوق کے سماعت کیا کہنے، آج شبیر تو اللہ کو، اہل سنت بھائی اگر کوئی موجود ہے مجلس تو آؤ میں دساں، حسین انبیاء دا محسن، نانے دا محسن، بابے دا محسن، حسین اس اللہ دا بھی محسن۔ وقت بجاونا چاہنا، جیڑا نہیں پیا نارا مادا میں او دے واسطے پڑھدا ہی نہیں پیا۔ آؤ بھائی تیرے اندروں تیرا دل بولے تے پھر بولی، منظر پیش کرنا چاہنا، حسین مدینے تو کربلا آلے پاسے ٹرے، کیوں ٹرے؟ عظیم عزدار انج پہ پڑھدا گل کڑی پیا دا، گھر سے نکلا ہے یہ غیرت کا قبیلہ لے کے، گھر سے نکلا ہے یہ غیرت کا قبیلہ لے کے، گھر سے نکلا ہے قبیلہ لے کے، ساتھ زہرا کی دعاؤں کا وسیلہ لے کے، ساتھ زہرا کی دعاؤں کا علمہ والد واسطے سرچا لے کے، اس نے خالق سے ہی جینے کی ادا پائی ہے، اس کی پیشانی سے سجدوں نے بقا پائی ہے، لے کے یثرب سے یہ وحدت کے خزانے نکلا، فرش پہ ذاتی معلا یہ بنانے نکلا۔ او ہو ہو، کیا بات ہے یار، تھوڑی جتی نو میرا سلام ہے، ہاتھ بلند کر کے بولو لبیک یا حسین، سارے آباد رہو بھائی۔ بہت مہربانی، فرش پہ ذاتی مولا یہ، بولو بولو بولو، بنانے نکلا، فرش پہ ذاتی مولا یہ، لو زحمت تمام ہو گئی،
فرش پہ ذاتی معلہ یہ بنانے نکلا, آؤ ہر شے تیرے اندر موجود ہے, میں جہلات نہیں پہ پڑھتا. آ جب تک تیری زندگی ہے حسین دے اکبر دے ماتمیاں دی, سطر تیرے دل تے نقش کر کے جا رہے ہیں, پھر کہیں کہیں حصہ نہ لایا. بادشاہ حسین دے مشن وچ حسین دے نال آؤ جڑے کدی نہیں بولے. بندے سر چاؤ, یہ عشق دی تار ہے ٹرٹے نا, میرے پاس ویکھنا نور دی قلم دے نال لکھی بات عظیم عزاداراں دی جھولی تک پہنچا کے منظر پیش کرنا چاہنا سرکار تے گل کڑی پیادا. اس کے لشکر میں سپاہی بھی نرالے دیکھے, اس کے لشکر میں سپاہی بھی نرالے دیکھے. سلام ہے یار تھوڑے نہ ہتھاں نو پچھلے نرالے دیکھے, شیر خاری میں بھی حیدر سے جیالے دیکھے, شیر خاری میں بھی حیدر سے جیالے دیکھے. آج یہ جو نکلا ہے زمانے کا یہ پانی بھی ہے, اس کے لشکر میں محمد کی جوانی بھی ہے. شیعہ دا جڑا نہیں اٹھیا, کیا بات ہے, کیا بات ہے, بہت مہربانی. سارے بولو حیدری, آباد رہو بھائی, آباد رہو پتر, جیون تھوڑے نسل دی خیروں نے حیدری, آباد رہو آباد رہو. اوے گل سنو, قائم دی کچہری چ بیٹھے ہو, کنجوسی نال ہن نعرے دا آواز نہ آوے, اتنا بولی جتنا تیرا ضمیر بولے. شیعہ تے بھاویں سنی, میں بات مکمل کر کے جا رہے ہیں پیادا. اس کے لشکر میں سپاہی بھی نرالے دیکھے, اس کے لشکر میں سپاہی بھی نرالے دیکھے, شیر خاری میں بھی حیدر سے جیالے دیکھے, شیر خاری میں بھی حیدر سے جیالے دیکھے. یہ جو نکلا ہے زمانے کا یہ بانی بھی ہے, اس کے لشکر میں محمد کی جوانی بھی ہے, اپنے ہر فوجی کو نبیوں سے بڑھانے نکلا, نوک نیزا پہ ہے قرآن سنانے نکلا. بہت مہربانی. اچھا لو, زیادہ تو زیادہ میں پڑھیا تے باقی میں 9 منٹ ہور پڑھنا چ راضی رہے. ایک سطر میں بہت زیادہ حکم ہے بابا جی, پنجابی دا ایک شاہکار قصیدہ شاہ جی, او ہو 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 ہو, دوبارہ نہیں ہے آکھنا بنا نال کوئی تعلق نہیں. اچھا اچھا چلو, ایک سطر میں پنجابی دی پڑھ کے موسم چیک کر لینا. اچھا جی چلو, وہ بھی سنا دینا, اے پڑھ لواں. ایسیاں گلاں سنن دی اپنی اولاد نو بھی عادت پاؤ. میں آکھا دشمن علی دا پیو کوئی نہیں, تے او تے واقعی کوئی نہیں, یہ تے میرا کی کمال ہے تے تیرا کی کمال ہے, کمال ہے کمال آلے اندھا. تے اے شیر سنو, تیرا دل ٹھنڈا ہوئے تے تیرے دل چو دعا نکلے. کیسا ہے یہ مزدور زمانے میں نرالا, جوتی میں پھرے تخت سلیمان چھپائے. کیا بات ہے تیرے تیرے پتر جی میں. کیسا ہے یہ مزدور زمانے میں نرالا, جوتی میں پھرے تخت سلیمان چھپائے, یوں انگلی سے ڈوبے ہوئے سورج کو بلایا, جیسے کوئی مالک کسی نوکر کو بلایا. پڑھیے ایک سطر پنجابی دی. اے نبیاں دی محنت کدی رنگ نہ لاندی, نبیاں دی محنت
ਕਦੀ ਰੰਗ ਨਾ ਲਾਂਦੀ ਏ ਨਬੀਆਂ ਦੀ ਮਿਹਨਤ ਕਦੀ ਰੰਗ ਨਾ ਲਾਂਦੀ ਏ ਨਬੀਆਂ ਦੀ ਮਿਹਨਤ ਕਦੀ ਰੰਗ ਨਾ ਲਾਂਦੀ ਏ ਨਬੀਆਂ ਦੀ ਮਿਹਨਤ ਪੰਜਾਬੀ ਏ ਕਦੀ ਰੰਗ ਨਾ ਲਾਂਦੀ ਬੰਦ ਕਰਨਾ ਮੇਰੇ ਪੇਸ਼ਵਾ ਦਾ ਜੇਕਰ ਉਤਾਰਾ ਨਾ ਹੁੰਦਾ ਨਾ 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 ਬੇਟਾ ਸੁਣ ਕੇ ਚੁੱਪ ਕਰ ਮੇਰੇ ਪਾਸੇ ਵਿਖੇ ਪਰੇ ਪੰਚਾਇਤ ਦੇ ਬੰਦੇ ਹੋ ਡੇਰੇਦਾਰ ਲੋਕ ਹੋ ਵੰਡ ਕਰੇ ਇਹ ਗੱਲ ਦੀ ਮੇਰੇ ਪੇਸ਼ਵਾ ਦਾ ਜੇਕਰ ਉਤਾਰਾ ਨਾ ਹੁੰਦਾ ਮੈਂ ਕਾਪੀ ਠੱਪਦਿਆਂ ਜੇ ਫੈਸਲਾਬਾਦ ਵਿੱਚ 7 ਮੁਹਰਮ ਪੜ੍ਹ ਕੇ ਵੀ ਇਸ ਗੱਲ ਦੀ ਮੈਂ ਕੀਮਤ ਨਾ ਲੈ ਸਕਾਂ ਤੇ ਫਿਰ ਮੈਂ ਫੈਸਲਾਬਾਦ ਵਿੱਚ ਕਿਉਂ ਆਇਆ ਮੇਰੇ ਪਾਸ ਵੀ ਕਹੇ ਭਾਈ ਮੈਂ ਗੱਲ ਕਿਹੜੀ ਪਿਆ ਦਾ ਇਹ ਨਬੀਆਂ ਦੀ ਮਿਹਨਤ ਕਦੀ ਰੰਗ ਨਾ ਲਾਂਦੀ ਇਹ ਨਬੀਆਂ ਦੀ ਮਿਹਨਤ ਕਦੀ ਰੰਗ ਨਾ ਲਾਂਦੀ ਮੇਰੇ ਪੇਸ਼ਵਾ ਦਾ ਜੇਕਰ ਉਤਾਰਾ ਨਾ ਹੁੰਦਾ ਅਲੀ ਜੇ ਨਾ ਆਂਦੇ ਕਾਬੇ ਦੇ ਅੰਦਰ ਅਲੀ ਜੇ ਨਾ ਆਂਦੇ ਕਾਬੇ ਦੇ ਅੰਦਰ ਖੁਦਾ ਕੌਣ ਹੈ ਇਸ ਗੱਲ ਦਾ ਨਤਾਰਾ ਨਾ ਹੁੰਦਾ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਭਾਈ ਉੱਠ ਜਾਵੇ ਬੰਦਾ ਜਿਸ ਨੂੰ ਨਹੀਂ ਪਈ ਪੁੱਛਦੀ ਗੱਲ ਅਲੀ ਹੱਕ ਅਲੀ ਹੱਕ ਅਲੀ ਹੱਕ ਬੋਲੋ ਨਾ 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 ਢਿੱਲਾ ਨਾਰਾ ਨਹੀਂ ਤੈਨੂੰ ਗਾਜ਼ੀ ਦਾ ਵਾਸਤਾ ਜਿਹੜਾ 14 ਦੀ ਜ਼ਿਆਰਤ ਦੀ ਹਸਰਤ ਲੈ ਕੇ ਮਜਲਿਸ 'ਚ ਬੈਠੇ ਜੁਰਤ ਨਾਲ ਬੋਲੇ ਹੈਦਰੀ ਆ ਬਹਾਦਰਾ ਉਤਾਰਾ ਨਾ ਹੁੰਦਾ ਨਤਾਰਾ ਨਾ ਹੁੰਦਾ ਮੈਂ ਬਾਬਾ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਹੈ ਅਗਰ ਹੋਰ ਮੈਂ ਕੁਝ ਨਾ ਕਰ ਸਕਿਆ ਸਰਦਾਰ ਤੇ ਮੈਂ ਉਸ ਬੰਦੇ ਦਾ ਕਮ ਅਜ਼ ਕਮ ਮੂੰਹ ਜ਼ਰੂਰ ਵੇਖ ਕੇ ਵੈਸਾ ਬਈ ਬੜਾ ਹੌਸਲੇ ਵਾਲਾ ਬੰਦਾ ਠੇਠ ਪੰਜਾਬੀ ਸੌਖੀ ਗੱਲ ਤੇ ਤੂੰ ਨਹੀਂ ਬੋਲ ਸਕਿਆ ਲੇਕਿਨ ਸ਼ਰਤ ਏ ਬੰਦਾ ਤਾਰੀਖ ਨਾਲ ਪਿਆਰ ਰੱਖਦਾ ਹੋਵੇ ਕਿ ਮੈਂ ਕਰਨੀ ਹੈ ਰਾ ਖੁਦਾ ਦਾ ਬਜਲੀ ਮੁਹੰਮਦ ਦੇ ਘਰ ਦੀ ਸ਼ਾਬਾਸ਼ ਇਹ ਮਯਾਰ ਸ਼ੀਅਤ ਦਾ ਭਾਈ ਆਬਾਦ ਰਹੋ ਹੱਥ ਬੁਲੰਦ ਕਰੇ ਅਲੀ ਵਾਲਾ ਬੋਲੇ ਹੈਦਰੀ ਉਤਾਰਾ ਨਾ ਹੁੰਦਾ ਉਤਾਰਾ ਨਾ ਹੁੰਦਾ ਨਤਾਰਾ ਨਾ ਹੁੰਦਾ ਸ਼ੋਰ ਸ਼ਰ ਜਾਵੀ ਉਤਾਰਾ ਨਾ ਹੁੰਦਾ ਨਤਾਰਾ ਨਾ ਹੁੰਦਾ ਇਹ ਦੂ ਸੌਖੀ ਗੱਲ ਅਗਰ ਕਿਸੇ ਕੋਲ ਹੈ ਤੇ ਮੈਨੂੰ ਦੱਸੇ ਮੈਂ ਉਸ ਰੰਗ ਨਾਲ ਸੁਣਾ ਦੇਵਾਂ ਮੇਰੀ ਜ਼ਾਕਰੀ ਚ ਇਸ ਤੋਂ ਸੌਖੀ ਗੱਲ ਕੋਈ ਨਹੀਂ ਰਾਜ਼ੀ ਰਵੇ ਮੈਂ ਗੱਲ ਕਿਹੜੀ ਪਿਆ ਦਾ ਇਹ ਬਨ ਰਾ ਖੁਦਾ ਦਾ ਬਜਰੀ ਮੁਹੰਮਦ ਦੇ ਘਰ ਦੀ ਤੇ ਮੂੰਹ ਬੱਲੇ ਨਾ ਦਾ ਆ ਕੇ ਇਹ ਆਇਤ ਨਾ ਕਹਿ ਦੀ ਇਹ ਬਨ ਰਾ ਖੁਦਾ ਦਾ ਮੁਹੰਮਦ ਦੇ ਘਰ ਦੀ ਸਿੱਧਾ ਬੰਦਾ ਸਰਚਾ ਵੇਲਾ ਵਾਸਤੇ ਆ ਕੇ ਇਹ ਆਇਤ ਛੇ ਦੀ ਇਹ ਮੁੱਲਾ ਕੋਈ ਚੰਨ ਨਵਾਂ ਚਾਲ ਲੈਂਦੇ ਇਹ ਮੁੱਲਾ ਕੋਈ ਚੰਨ ਨਵਾਂ ਚਾਲ ਲੈਂਦੇ ਅਲੀ ਦੇ ਬੂਹੇ ਦੇ ਝੁਕਿਆ ਸਿੱਧਾ ਕਿਆ ਬਾਤ ਹੈ ਭਾਈ ਹੈਦਰ ਹੈਦਰ ਬੋਲੋ ਅਦਬੀਆ ਹੁੰਦਾ ਮਾਂ ਤੇ ਧੀ ਦਾ ਦੁੱਖ ਸਾਂਝਾ ਮੈਂ ਗਾਸਿਬ ਜ਼ਾਕਿਰ ਨਹੀਂ ਹਾਂ ਅਗਰ 2 ਮਿੰਟ ਜ਼ਿਆਦਾ ਪੜ ਗਿਆ ਹਾਂ ਮੈਂ ਭਾਈ ਕੋਲ ਮਾਜ਼ਰਤ ਕਰਦਾ
ਕੈਫੀਅਤ ਦਾ ਨਾਮ ਹੈ ਸਾਹਿਬੇ, ਆਪਣਾ ਨਾ ਰੋਵੇ ਬਾਹਰੋਂ ਆ ਕੇ ਕੋਈ ਨਹੀਂ ਰੋਂਦਾ। ਹੋ ਸਕਦਾ ਜੀ ਉਹ 70 ਹੀ ਕਾਫੀ ਹੋਵੇ। ਮੈਂ ਬਾਦਸ਼ਾਹ ਹਰ ਮੁਲਕ ਦੇ ਹਰ ਮੈਂਬਰ 'ਤੇ ਤਕਰੀਬਨ ਇੱਕ ਬੀਬੀ ਦੇ ਦੁੱਖ ਪੜੇ ਨੇ। ਮੈਂ ਇਹ ਵੀ ਨਹੀਂ ਆਖਦਾ ਇਸ ਬੀਬੀ ਦੇ ਦੁੱਖ ਪੜੇ ਨਹੀਂ ਗਏ, ਲੇਕਿਨ ਅਗਰ ਪੜੇ ਗਏ ਤਾਂ ਬਹੁਤ ਥੋੜ੍ਹੇ। ਆਦਾ ਪਿਆ ਹੁੰਦੇ ਮਾਂ ਤੇ ਧੀ ਦਾ ਦੁੱਖ ਸਾਂਝਾ, ਮਾਲੂਮ ਹੈ ਕੁੱਲ ਦੁਨੀਆ ਕੋ ਧੀ ਪਿਓ ਕੋ ਦੁੱਖ ਇੰਝ ਨਹੀਂ ਦੱਸਦੀ ਜਿਵੇਂ ਦੱਸਦੀ ਹੈ ਆਪਣੀ। ਮੰਦਾ ਬਾਈ ਨੌਕਰ ਆ ਮਜ਼ਾ ਆ ਲੈ ਬਾਬਾ ਜੀ, ਥੱਕ ਕੇ ਨਾ ਸੁਣੀ ਆਏ ਜੋ ਮੁਕਾਣੀ ਬਣ ਕੇ ਹੋ, ਜਿਹਦੇ ਘਰ ਧੀਏ ਉਹਦੀ ਹਾਏ ਜ਼ਰੂਰ ਨਿਕਲੇ। ਆਦਾ ਪਿਆ ਹੁੰਦਾ ਮਾਂ ਤੇ ਧੀ ਦਾ ਦੁੱਖ ਸਾਂਝਾ, ਮਾਲੂਮ ਹੈ ਕੁੱਲ ਦੁਨੀਆ ਕੋ ਧੀ ਪਿਓ ਕੋ ਦੁੱਖ ਇੰਝ ਨਹੀਂ ਦੱਸਦੀ ਜਿਵੇਂ ਦੱਸਦੀ ਹੈ ਆਪਣੀ। ਮੈਂ ਕਿਹੜੀ ਬੀਬੀ ਦਾ ਦੁੱਖ ਪੜਨਾ ਚਾਹੁੰਦਾ? ਕਦੀ ਮੀ ਅਜ਼ਾਦਾਰ ਨਜ਼ਰ ਆ ਰਹੇ ਹੋ, ਹੱਥ ਮਾਤਮੀ ਦਾ ਸੀਨੇ ਤੇ ਆਵੇ। ਉਹ ਨਿਤ ਗੱਲਦੀ ਬੱਕੀਆਂ ਸ਼ਾਮ ਦੀ ਮਲਕਾ ਦੇ ਕੇ ਪੈਗਾਮ ਹਵਾ ਕੋ, ਤੇ ਨਾਲੇ ਆਦੀ ਹੈ ਅਮਾ ਨਹੀਂ ਭੁੱਲਦਾ ਜਿਵੇਂ ਦਫਨ ਕੀਤਾ ਹੈ ਅਸਾਂ ਲੱਭ ਦੇ ਵਿੱਚ ਲੈਲਾ। ਹਾਏ ਕੁਰਲਾ ਕੇ ਰੋਵੋ ਨਾ ਯਾਰ, ਸ਼ਾਮ ਹੋ ਗਈ ਹੈ, ਸ਼ਾਮ ਹੋ ਜੀ ਸੈਯਦ ਜੋ ਹੈ, ਮੈਂ ਕਾਇਨਾਤ ਕੁਰਬਾਨ ਕਰ ਦੇਵਾਂ, ਅੱਲਾ ਰਾਜ਼ੀ ਹੋਵੀ। ਨੌਕਰਾਂ 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 ਬਾਬਾ ਜੀ ਨੌਕਰਾਂ, ਉਹ ਨਿਤ ਗੱਲਦੀ ਬੱਕੀਆਂ ਉਹ ਸ਼ਾਮ ਦੀ ਮਲਕਾ ਦੇ ਕੇ ਪੈਗਾਮ ਹਵਾ ਕੋ, ਆਉਂਦੀ ਮਾਂ ਮਾਤਮ ਕਰਕੇ ਆਦੀ ਹੈ ਅਮਨ ਨਹੀਂ ਭੁੱਲਦਾ ਜਿਵੇਂ ਦਫਨ ਕੀਤਾ ਹੈ ਅਸਾਂ ਲੱਭ ਦੇ ਵਿੱਚ ਲੈਲਾ। ਖੈਰ ਭਾਈ ਥੋੜ੍ਹਾ ਆਵਾਜ਼ ਵੱਧ ਸਕਦਾ ਤਾਂ ਵਧਾ ਦੇ, ਨੇਕੀ ਕਰ ਮੁੱਗੀ ਪੜ੍ਹਾਈ। ਬਾਬਾ ਜੀ ਤੁਸੀਂ ਜ਼ਵਾਰ ਹੋ, ਮੈਂ ਨੌਕਰ ਹਾਂ ਸੈਯਦਾਦਾ, ਮੈਂ ਨੌਕਰ ਹਾਂ ਬੀਬੀ ਆਦੀ ਹੈ ਅਮਾ ਨਹੀਂ ਭੁੱਲਦਾ ਜਿਵੇਂ ਦਫਨ ਕੀਤਾ ਹੈ ਅਸਾਂ ਲੱਭ ਦੇ ਵਿੱਚ ਲੈਲਾ। ਅਕਬਰ ਦੀ ਮਾਂ ਲੈਲਾ ਦੇ ਦੋ ਦੁੱਖ ਮੈਂ ਪੜ੍ਹਨੇ ਨੇ। ਉਹ ਮੈਂ ਮਰ ਜਾਵਾਂ ਬਾਬਾ ਜੀ, ਅਸਾਂ ਜ਼ਵਾਰ ਇਕੱਠੇ ਕੀਤੀ, ਸ਼ਾਮ ਹੋ ਗਈ ਹੈ, ਮੈਂ ਹਰ ਮਾਤਮੀ ਅਜ਼ਾਦਾਰ ਵਾਸਤੇ ਦੁਆ ਪਿਆ ਮੰਗਣਾ, ਅੱਲਾ ਤੈਨੂੰ ਕਰਬਲਾ ਵਿਖਾਵੇ, ਅੱਲਾ ਤੈਨੂੰ ਸ਼ਾਮ ਵਿਖਾਵੇ। ਮਰ ਜਾਣਾ ਬਾਬਾ ਜੀ ਫਨਾ ਹੈ। ਇੱਕ ਦੁਆ ਮੈਂ ਕੀਤੀ ਹੈ, ਇੱਕ ਦੁਆ ਮੈਂ ਤਾਈ ਤੁਹਾਡੇ ਵਾਸਤੇ ਤੁਹਾਡੇ ਅੱਗੇ ਅਪੀਲ ਪਿਆ ਕਰਦਾ, ਉੱਠਦੇ ਬਾਂਦੇ ਹਰ ਨਮਾਜ਼ ਦੇ ਬਾਅਦ ਦੁਆ ਮੰਗਿਆ ਕਰ, ਸ਼ਾਲ ਕਿਸੇ ਸ਼ਰੀਫ ਦੀ ਧੀ ਉਜੜ ਕੇ ਪੇਕੇ ਸ਼ਹਿਰ ਨਾ ਆਵੇ। ਅਕਬਰ ਦੀ ਮਾਂ ਲੈਲਾ ਸਾਰੇ ਜਾਣਦੇ ਹੋ, ਬੀਬੀ ਦੀ ਪੇਕੀ ਨਗਰੀ ਦਾ ਨਾਂ ਹਲਬੇ। ਜ਼ਿੰਦਗੀ ਦਾ ਰੋਗੇ ਜਿਤਨੇ ਸੈਯਦ ਜਿਤਨੇ ਮਾਤਮੀ ਅਜ਼ਾਦਾਰ ਬੈਠੇ ਹੋ, ਜਿਵੇਂ ਲਫ਼ਜ਼ ਪਹੁੰਚਾ ਸਕਿਆ ਪਰਦਾਦਾਰ, ਮੇਰੀਆਂ ਮਾਵਾਂ ਭੈਣਾਂ ਧੀਆਂ ਜ਼ਮੀਨ ਹਲਦੀ ਪਈ ਹੈ ਆਸਮਾਨ ਪਿਆ ਹਲਦੇ, ਸਾਰੇ ਜਾਣਦੇ ਹੋ ਬੀਬੀ ਰਬਾ ਬੀਬੀ ਉਮੇ ਲੈਲਾ ਦੀ ਪੇਕੀ ਨਗਰੀ ਹਲਬੇ। ਅਲੀ ਅਕਬਰ ਅਲੀ ਅਸਗਰ ਦੇ ਨਾਨਕੇ ਹਲਬੇ ਚੈਨ ਰੱਖ ਆਪਣੀ ਧੀ ਨੂੰ, ਜ਼ਹਿਨੇ ਤੇਰੀ ਆਏ ਕਿਵੇਂ ਨਾ ਨਿਕਲੇ ਮੈਂ ਇਨ ਪਰਦਾਰਾ ਨਾ ਤੋੜੇ ਧੀ ਜਿਤਨੀ ਮਸਕੀਨ ਹੋਵੇ, ਜਿੱਥੇ ਦੁਨੀਆਂ ਤੇ ਅਜ਼ਮਾ ਕੇ ਕਦੀ ਪੇਕੇ ਘਰ ਵਿੱਚ ਨਹੀਂ ਆਉਂਦੀ ਉਹ ਮੈਲੇ ਕੱਪੜੇ। ਕਰਬਲਾ ਦਾ ਮੰਜ਼ਰ ਏ, ਕਰਬਲਾ ਦਾ ਮੰਜ਼ਰ ਏ, ਹੱਥ ਮਾਤਮੀ ਦਾ ਸੀਨੇ ਤੇ ਕਿਉਂ ਨਹੀਂ ਆਇਆ? ਮੈਂ ਤੇਰਾ ਨੌਕਰਾ ਰੋਵਣ ਵਾਲੇ ਲੋਕਾਂ, ਕਦੀ ਪੇਕੇ ਘਰ ਵਿੱਚ ਨਹੀਂ ਆਉਂਦੀ ਉਹ ਮੈਲੇ ਕੱਪੜੇ। ਕਰ ਮਾਤਮ ਯਾਰ ਗਰੀਬਾਂ ਦੀ ਗੁਰਬਤ ਦਾ ਗੁਰਬਤ ਦੱਸਾਂ, ਉਹ ਜਿਹੜੇ ਅਕਬਰ ਦੇ ਮਾਤਮੀ ਹੋ, ਬੀਬੀ ਆਦੀ ਮੈਂ ਪਹਿਲੀ ਧੀਆਂ ਜਿਹੜੀ
ਚਾਹੀਆ ਮੂੰਹ ਵਾਲਾ ਨਾਲ ਲੁਕਾ ਕੇ ਬੀਬੀਆਂ ਦੀ ਅਰਮਾਨ ਸਿਗਲ ਦੇ ਮੇਰੇ ਪਿਓ ਦੇ ਵਾਕਿਫ ਹੱਸਦੇ ਮੇਰੇ ਬਿਲਕੁਲ ਸਾਹਮਣੇ ਕਰਮਾਤਮ ਯਾਰ ਜੀ ਕਰਾਂ ਜੀ ਬਾਬਾ ਜੀ ਹੱਥ ਨਾ ਬੰਨੋ ਮੈਂ ਤੁਹਾਡੇ ਨਾਲ ਕਰਾਂ ਨਾ ਮੈਂ ਪੜ੍ਹਦਾ ਮਰ ਵੈਸ ਨਾ ਤੂੰ ਸੁਣਦਾ ਉਹ ਮੈਂ ਤੁਹਾਡਾ ਤਾਬੇਦਾਰ ਆ ਰੱਖ ਆਪਣੀ ਧੀ ਨੂੰ ਜ਼ਹਿਨੇ ਤੇਰੀ ਆਏ ਕਿਵੇਂ ਨਾ ਨਿਕਲੇ ਤੋੜੇ ਧੀ ਜਿਤਨੀ ਮਸਕੀਨ ਹੋਵੇ ਡਿੱਠੇ ਦੁਨੀਆ ਤੇ ਅਜ਼ਮਾ ਕੇ ਕਦੀ ਪੇਕੇ ਘਰ ਵਿੱਚ ਨਹੀਂ ਆਉਂਦੀ ਉਹ ਮੈਲੇ ਕੱਪੜੇ ਉਹ ਮੈਂ ਭੈਣਾਂ ਦੇ ਪਰਦੇ ਕੁਰਬਾਨ ਕਰ ਦੇਵਾਂ ਮਜਲਿਸ ਬਾਬਾ ਜੀ ਕਰਬਲਾ ਦਾ ਮੰਜ਼ਰ ਪਈ ਬਣਦੀ ਹੈ ਬੀਬੀਆਂ ਦੀ ਮੈਂ ਪਹਿਲੀ ਦੀਆਂ ਜਿਹੜੀ ਹਲ ਬੇਚਾਈਆਂ ਮੂੰਹ ਵਾਲਾ ਨਾਲ ਲੁਕਾ ਕੇ ਅਕਬਰ ਦੀ ਮਾਂ ਲੈਲਾ ਪਈਆ ਦੀ ਏ ਮੇਰੇ ਪਿਓ ਦੇ ਵਾਕਿਫ ਹੱਸਦੇ ਮੇਰੇ ਬਿਲਕੁਲ ਸਾਹਮਣੇ ਯਾਰ ਭਾਈ ਪੀਰ ਦਾ ਵਾਰਸ਼ਾਹ ਜੀ ਬੜੀ ਰੂਹਾਨੀਅਤ ਵਾਲੀ ਮਜਲਿਸ ਹੈ ਸਰਦਾਰ ਅਗਰ ਅਮਰ ਦਿਓ ਇਜਾਜ਼ਤ ਦਿਓ ਤੇ ਮੈਂ ਇੱਕ ਵੈਣ ਪੜ੍ਹਦਾ ਜ਼ਰੂਰ ਮੈਂ ਸਦਕੇ ਸੈਯਦੇ ਵੈਣ ਕਰਕੇ ਪਿਆ ਦੇ ਪਿਓ ਦੇ ਲੱਗਦਿਆਂ ਦਾ ਸ਼ਹਾਰਾ ਹੀ ਮਰ ਜਾਵਾਂ ਮੈਂ ਸੱਤਰ ਨਾ ਪੜਾਂ ਉਹ ਜਵਾਨੋ ਅੱਲਾ ਜਾਣੇ ਅਕਬਰ ਦੀ ਮਾਂ ਲੈਲਾ ਲਖੂਆਣਾ ਫੈਸਲਾਬਾਦ ਦੇ ਮਾਤਮੀਓ ਕਿਹੜਾ ਮੰਦਰ ਇੱਥੇ ਸੈਯਦਾ ਦਾ ਕਹਿ ਵੇਲੇ ਫਿਜ਼ਾ ਦੀ ਕਣ ਦਾ ਓਲਾ ਕਹਿ ਵੇਲੇ ਆਉਣ ਦੀ ਮਾਂ ਦੀ ਕਣ ਦਾ ਓਲਾ ਹੱਕ ਬਣਦਾ ਹੀ ਬਾਬਾ ਜੀ ਮੈਂ ਇੱਥੇ ਛੋੜ ਦਿੰਦਾ ਲੇਕਿਨ ਗੱਲ ਤੁਸੀਂ ਔਖੀ ਕੀਤੀ ਹੈ ਤੇ ਇੱਕ ਸੱਤਰ ਮੈਂ ਪੜ੍ਹ ਦੇਣਾ ਲੈਓ ਕੁਰਾਨ ਮੈਂ ਹੱਥ ਰੱਖ ਦੇਣਾ ਫੈਸਲਾਬਾਦ ਦੇ ਗੈਰਤਮੰਦੋ ਜ਼ਮੀਨ ਹਲਦੀ ਪਈ ਆਸਮਾਨ ਪਿਆ ਹਲਦਾ ਕਹਿ ਵੇਲੇ ਉਮੇ ਲੈਲਾ ਫਿਜ਼ਾ ਦੀ ਕਣ ਦਾ ਓਲਾ ਕਹਿ ਵੇਲੇ ਆਉਣ ਦੀ ਮਾਂ ਦੀ ਕਣ ਦਾ ਓਲਾ ਮਰ ਜਾਵਾਂ ਮੈਂ ਜੁਮਲਾ ਨਾ ਪੜਾ ਮੂੰਹ ਤੇ ਹੱਥ ਰੱਖਿਆ ਦੀ ਦੁਆ ਮੰਗ ਸ਼ਾਲ ਮੈਨੂੰ ਮੌਤ ਆ ਜਾਵੇ ਫਿਜ਼ਾ ਦੀ ਅਕਬਰ ਮੈਂ ਰਾਹ ਕੇ ਪੇਕੀ ਨਗਰੀ ਜੋ ਆਈ ਹੈ ਹੁਣ ਮੌਤ ਕਿਉਂ ਪਈ ਮੰਗਦੀ ਹੋ ਮਾਤਮ ਕਰਕੇ ਆਦੀ ਮੈਂ ਮੌਤ ਨਾ ਮੰਗਾ ਤੇ ਕਿਆ ਕਰਾਂ ਵੇਖ ਤਾਂ ਸਹੀ ਆਓ ਚਾਚਾ ਹੈ ਮੈਂ ਉਜੜੀ ਦਾ ਤੇ ਜਿਹੜਾ ਲੰਘ ਗਿਆ ਨੌਕਰ ਨਾਲੇ ਤੁਹਾਡਾ ਖੂਨੀ ਕਸ਼ਸ਼ ਨੇ ਤੰਗ ਕੀਤਾ ਹੈ ਮੈਂ ਨਹੀਂ ਬੋਲੀ ਫਿਲ ਯਾਰ ਬੜਾ ਅਮੀਰ ਬੰਦਾ ਜਾਂਦਾ ਹੱਥ ਸੀਨੇ ਤੇ ਨਹੀਂ ਆਇਆ ਬੀਬੀਆਂ ਦੀਆਂ ਉੱਚਾ ਨ ਬੋਲ ਮੈਂ ਫਿਰਾ ਮਰਾ ਕੇ ਆਈਏ ਬੀਬੀਆਂ ਦੀਆਂ ਮੇਰੀ ਪੇਕੀ ਨਗਰੀ ਏ ਬੀਬੀਆਂ ਦੀਆਂ ਮੇਰਾ ਚਾਚਾ ਪਿਆ ਲੰਘਦਾ ਮੇਰੇ ਸਰ ਤੇ ਚਾਦਰ ਕੋਈ ਨਹੀਂ